ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਸੋ UGC NET ਜੂਨ 2024 ਦੀ ਇੱਕ ਨਵੀਂ ਅਪਡੇਟ ਆਈ ਹੈ एग्जाम ਡੇਟ ਹੈ ਜਿਹੜੀ ਉਹ ਚੇਂਜ ਹੋ ਗਈ ਹੈ ਠੀਕ ਹੈ ਨਵੀਂ एग्जाम ਡੇਟ ਕੀ ਆ ਪੁਸਤੇ ਬਾਰੇ ਗੱਲ ਕਰਾਂਗੇ ਤੁਹਾਨੂੰ ਮੈਂ ਉਹਨਾਂ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਦਿਖਾਵਾਂਗਾ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ ਜੋ ਇਸ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸੋ ਮੈਂ ਤੁਹਾਨੂੰ ਸਿੱਧਾ ਉਹਨਾਂ ਦਾ ਨੋਟੀਫਿਕੇਸ਼ਨ ਚੜਾਇਆ ਉੱਥੇ ਲੈ ਕੇ ਜਾਣਾ ਅ ਤੁਸੀਂ ਦੇਖ ਸਕਦੇ ਆ ਦੇਖੋ 29 ਅਪ੍ਰੈਲ ਦਾ ਜਿਹੜਾ ਨੋਟਿਸ ਹੈ ਰੀਸਕੇਜੂਲਿੰਗ ਦਾ ਡੇਟ ਆਫ ਯੂਜੀਸੀ ਨੈਟ 2024 ਉੱਪਰ ਸਾਰਾ ਉਹੀ ਲਿਖਿਆ ਹੋਇਆ ਹੈ ਕਿ ਜਿਹੜਾ ਚੇਂਜ ਕਰ ਰਹੇ ਕਾਰਨ ਕਹਿੰਦੇ ਆ ਕਿ ਜਿਹੜੇ ਯੂਪੀਐਸਸੀ ਜਾਂ ਸੀਐਸਸੀ ਦੇ ਜਿਹੜੇ ਪ੍ਰੀਲਿਮਸ ਐਗਜ਼ਾਮੀਨੇਸ਼ਨ ਆ ਉਹ ਸੇਮ ਡੇਟ ਕਰਕੇ ਜਿਹੜੀ ਜਿਵੇਂ 16 ਤਰੀਕ ਜੂਨ ਨੂੰ ਜਿਹੜੇ ਹੈ ਕਾਫੀ ਹੋਰ ਐਗਜ਼ਾਮਸ ਵੀ ਸੀਗੇ ਸੋ ਕਲੈਸ਼ ਹੋ ਰਹੇ ਸੀਗੇ ਸੋ ਇਸ ਲਈ ਜਿਹੜੀ ਨਵੀਂ ਡੇਟ ਹੈ ਤੁਸੀਂ ਨੋਟ ਕਰ ਲਓ 18 ਜੂਨ 2024 ਹੋ ਗਈ ਹੈ ਪਹਿਲਾਂ 16 ਜੂਨ ਸੀ ਹੁਣ 18 ਜੂਨ 2024 ਜਿਹੜੀ ਇਹ ਡੇਟ ਹੋ ਗਈ ਹੈ ਦੋ ਦਿਨ ਜਿਹੜੇ ਹੈ ਅ ਕਹਿ ਲੋ ਕਿ ਇੱਕ ਦਿਨ ਹੀ ਕਹਿ ਲੋ ਤੁਸੀਂ ਹਨਾ ਇਹ ਜਿਹੜੇ ਐਕਸਟਰਾ ਜਿਹੜੇ ਹੋ ਗਿਆ ਸੋ ਜਿਹੜੀ ਇਹ ਤੁਹਾਨੂੰ ਚਲੋ ਅ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਬਹੁਤ ਦਿਨ ਜ਼ਿਆਦਾ ਮਿਲ ਗਏ ਪਰ ਹਾਂ ਇਹ ਧਿਆਨ ਚ ਰਾਣਾ ਜਿਹੜਾ ਬੜਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਬੱਚੇ ਇਗਜ਼ਾਮ ਦਾ ਦੇਖ ਲੈਂਦੇ ਆ ਪਰ ਇਹ ਵਾਰ ਅੱਗੇ ਜਿਹੜੀ ਹੈ ਚੇਂजेस ਆਉਂਦੇ ਰਹਿੰਦੇ ਆ ਹਨਾ ਸੋ ਮੇਰਾ ਮਕਸਦ ਇਹ ਹੁੰਦਾ ਕਿ ਸਾਰਿਆਂ ਨੂੰ ਜਿਹੜੀ ਅਪਡੇਸ਼ਨ ਆ ਜਿਹੜੀ ਉਹ ਜਲਦੀ ਤੋਂ ਜਲਦੀ ਜਿਹੜੀ ਉਹ ਮਿਲਦੀ ਰਹੇ ਠੀਕ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਇਸ ਵਾਰ ਪੇਪਰ ਹੈ ਉਹ ਉਹ OMR ਸ਼ੀਟ ਤੇ ਹੋਣਾ ਹੈ ਪੈਨ ਐਂਡ ਪੇਪਰ ਆਫਲਾਈਨ ਮੋਡ ਦੇ ਵਿੱਚ ਸੋ ਤੁਸੀਂ ਜਿਹੜੀ ਹੈ ਹੋਪ ਹੈ ਕਿ ਤੁਸੀਂ ਜਿਹੜੀ ਤਿਆਰੀ ਹੈ ਜਿਹੜੀ ਆਪਣੀ ਜਾਰੀ ਰੱਖੀ ਹੋਈ ਆ ਸੋ ਇੱਕ ਵਾਰ ਫਿਰ ਜਿਹੜੀ ਨਵੀਂ ਰਿਵਾਈਜ਼ਡ ਡੇਟ ਆ ਉਹ ਹੈਗੀ ਆ 18 ਜੂਨ 2024 ਠੀਕ ਹੈ ਸੋ ਵੀਡੀਓ ਦੇਖ